पाताड़ा उपमंडल के पिंड कलवाणो च जवाई वालों सहुरे घर आ के उत्थे पंचायत की गलबात चल रही थी उत्थे आ के जिहड़ी गोली चलाने का मामला होया सी उस दे विच कग्गा पुलिस वालों कथित उस आरोपी नूं गिरफ्तार कर लिया। उसके अलावा तीन औरतों के खिलाफ भी मुकदमा धारा 307 और 452 वख-वख धाराएं ते मुकदमा दर्ज किए गए। कथित आरोपी नूं कग्गा पुलिस वालों समाणा की अदालत से पेश किया जा रहा है और उसके बाद पुलिस रिमांड की मांग भी करेगी। लेकिन जब असी कथित आरोपी नाल गलबात की तो उसने कहा कि मेरा ब्याह लव मैरिज नहीं हुई, मेरा अरेंज मैरिज हुई सी, लावां होईयां सी, लेकिन कुछ परिवारिक विवाद है पिंड दे विच पार्टीबाजी जिस करके ये सारा मैनू सज़ा भुगतनी पै रही है। ना मैं गोली चलाई है, उन लोगों को हथियार से उन्होंने मैं अपने बचाव के गोली चलाई, लेकिन पुलिस का कहना है कि इस नौजवान दे कोल जिहड़ी रिवॉल्वर बरामद हुई है वो नजायज़ सी और कुछ कारतूस भी बरामद हुए हैं, सारा हूँ जांच का विषय है। कुलदीप सिंह सर मैं तो फिर करी नहीं जी, उन्होंने भी थी जी असला, उन्होंने असला थी जी, उन्होंने असला उन्होंने मेरे से फायर करी नहीं जी। जो मैं उन्होंने असला खोया फिर वो पीड़ा मेरे से हैवी हो गई जी, फिर मैंने फायर कर उन्होंने असले चो मैं फायर करने पे। कोई लव मैरिज नहीं हुई साड़ी, तो जी रीति रिवाजों ब्याह होया जी, पंजाबी रीति रिवाजों होया, 4 महीने पहले हो जी। यी बस पोलीटिकली चक्कर है जी पिंड का, पिंड च पहला जिहड़े साडे रिश्तेदार ने जी वो वोटां च हारे हुए ने जी, ठीक है, जिहड़ी पार्टी जित्ती हुई है वो बस पोलीटिकली चक्कर है, पोलीटिकली मसले नूं आ साडा परिवार वो मसले दे पोलीटिकली मसले च फस गया जी। ਇਹ ਇਹਦਾ ਨਾਮ ਕੁਲਦੀਪ ਸਿੰਘ ਹੈ ਔਰ ਇਹਦੇ ਬਾਪ ਦਾ ਨਾਮ ਹੈਗਾ ਕਰਨੈਲ ਸਿੰਘ। ਇਹ ਆਪਣੇ ਪਿੰਡ ਬਲਰਾ ਥਾਣਾ ਮੁਣਕ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਆ। ਇਹ ਕਲਵਾਣੂ ਵਿਖੇ ਵਿਆਹ ਹੋਇਆ ਸੀਗਾ ਕਰੀਬ 4 ਮਹੀਨੇ ਪਹਿਲਾਂ ਜੀ, ਔਰ ਜਿਹੜਾ ਇਹਦਾ ਸਹੁਰਾ ਅਤੇ ਇਹਦੀ ਸੱਸ ਦੀ ਮਾੜੀ ਮੋਟੀ ਆਪਸ ਦੇ ਵਿੱਚ ਤੂ-ਤੂ ਮੈਂ ਹੋ ਗਈ ਸੀਗੀ, ਔਰ ਉੱਥੇ ਉਹਨਾਂ ਦਾ ਰਾਜੀਨਾਮਾ ਕਰਾਉਣ ਵਾਸਤੇ ਮੌਤਪੁਰ ਪੁਰਸ਼ ਇਹਨਾਂ ਦੇ ਰਿਸ਼ਤੇਦਾਰ ਇਕੱਠੇ ਹੋਏ ਸੀਗੇ, ਔਰ ਕੁਝ ਦੇਰ ਬਾਅਦ ਇਹਨਾਂ ਕਰੀਬ 11 ਵਜੇ ਇਹਦੀ ਸੱਸ ਨੇ ਇਹਨੂੰ ਫੋਨ ਕਰਤਾ ਔਰ ਵੀ ਤੂੰ ਇੱਥੇ ਜਿਹੜਾ ਮੌਕੇ 'ਤੇ ਤੁਸੀਂ ਆ ਜਾਓ। ਉੱਥੇ ਇਹਨਾਂ ਦਾ ਜਿਹੜਾ ਕਲਵਾਣੂ ਪਿੰਡ ਦੇ ਵਿੱਚ ਝਗੜਾ ਹੋ ਗਿਆ ਔਰ ਨਾਲ ਇਹ ਆਪਣੇ ਇੱਕ ਨਜਾਇਜ਼ ਅਸਲਾ ਪਿਸਟਲ ਲਿਆਇਆ ਸੀਗਾ ਔਰ ਜਿਹਦੇ ਉੱਤੋਂ ਝਗੜਾ ਹੋਣ ਤੋਂ ਬਾਅਦ ਇਹਨੇ ਜਿਹੜਾ ਉਹਨਾਂ ਵੱਲ ਫਾਇਰ ਕੀਤੇ ਔਰ ਉਸ ਤੋਂ ਬਾਅਦ ਇਹ ਕੋਠੇ 'ਤੇ ਚੜ੍ਹ ਕੇ ਇਹਨਾਂ ਨੇ ਫਾਇਰ ਕੀਤੇ। ਪਿੰਡ ਦੇ ਵਿੱਚ ਲੋਕਾਂ ਦਾ ਇਕੱਠ ਹੋ ਗਿਆ ਕਾਫੀ ਔਰ ਜਦੋਂ ਲੋਕਾਂ ਨੇ ਇਹਨੂੰ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਇਹਦੇ ਵੱਲ ਵੀ ਮਤਲਬ ਕਿ ਵੀ ਰੋਕਿਆ, ਧੁਨਾਈ ਵੀ ਕੀਤੀ ਇਹਦੀ। ਹਾਂਜੀ ਹਾਂ, ਇਹਨੇ ਕੁੱਟਮਾਰ ਕੀਤੀ ਫਿਰ ਉੱਥੇ, ਹਾਂਜੀ ਪਿੰਡ ਵਾਲਿਆਂ ਨੇ ਉੱਥੇ ਮੌਕੇ 'ਤੇ ਹੀ ਅਸੀਂ ਚਲੇ ਗਏ ਸੀ, ਮੌਕੇ 'ਤੇ ਕਾਬੂ ਕਰਕੇ ਇਹਦੇ ਕਬਜ਼ੇ ਵਿੱਚੋਂ ਜਿਹੜਾ ਹੈ ਜੀ, ਕੀ ਚੀਜ਼ ਬਰਾਮਦ ਹੋਈ ਹੈ ਇਹਦੇ 'ਚ? ਇੱਕ ਪਿਸਟਲ ਬਰਾਮਦ ਹੋਇਆ ਜੀ, ਇੱਕ ਜਿੰਦਾ ਕਾਰਤੂਸ ਇਹ ਜਿਹੜਾ ਇਹਦੇ ਕਬਜ਼ੇ ਵਿੱਚੋਂ ਬਰਾਮਦ ਹੋਇਆ। ਅਦਾਲਤ ਪੇਸ਼ ਕਰਤਾ ਕਰਨਾ? ਹਾਂਜੀ, ਹੁਣ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਾਂਗੇ ਜੋ ਅੱਗੇ ਹੁਕਮ ਹੋਏ। ਰਿਮਾਂਡ ਮੰਗੋਗੇ? ਹਾਂ, ਦੇਖਦੇ ਹਾਂ ਜੀ ਵੀ ਟੋਟਲ ਕਿੰਨੇ ਬੰਦਿਆਂ ਖਿਲਾਫ ਮਾਮਲਾ ਦਰਜ ਹੋ ਜਾਏ ਇਸ ਮਾਮਲੇ। ਇਹ ਮਾਮਲਾ ਆਪਣੇ ਤਿੰਨ ਜਿਹੜੀ ਲੇਡੀਜ਼ ਨੇ ਔਰ ਇੱਕ ਇਹ ਆਪ ਖੁਦ ਹੈ ਕੁਲਦੀਪ ਸਿੰਘ, ਇੱਕ ਇਹਦੀ ਸੱਸ ਆ ਅਤੇ ਇੱਕ ਇਹਦੀ ਮਾਤਾ ਆ ਅਤੇ ਇੱਕ ਇਹਦੀ ਪਤਨੀ ਹੈ ਹਰਪ੍ਰੀਤ ਕੌਰ। ਇਹਨਾਂ ਦੇ ਜਿਹੜੇ 4 ਬੰਦਿਆਂ ਦੇ ਉੱਪਰ ਮੁਕਦਮਾ ਲੱਗੀ ਇਹ 307, 452, 506, 427, 2547, 120 ਦੇ ਰਿਗਾਰਡਿੰਗ ਜਿਹੜਾ ਪਰਚਾ ਦਰਜ। ਥੈਂਕ ਯੂ। ਕੈਮਰਾਮੈਨ BK ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।